ਜਨਰਲ ਸੁਬੇਗ ਸਿੰਘ ਨੂੰ ਪੱਤਰਕਾਰ ਸਵਾਲ ਕਰਦੇ ਨੇ, ਕਹਿੰਦੇ ਜਨਰਲ ਸੁਬੇਗ ਸਿੰਘ ਜੀ, ਜਿੱਥੋਂ ਟ੍ਰੇਨਿੰਗ ਤੁਸੀਂ ਲਈ ਹੈ ਉੱਥੋਂ ਹਿੰਦੁਸਤਾਨ ਦੀ ਸਰਕਾਰ ਦੇ ਜੋ ਫੌਜੀ ਹਮਲਾ ਕਰ ਰਹੇ ਉਹਨਾਂ ਲਈ ਹੋਈ ਹੈ, ਉਹਨਾਂ ਕੋਲ ਟੈਂਕ ਵੀ ਨੇ, ਉਹਨਾਂ ਕੋਲ ਵੱਡੇ ਅਸਲੇ ਵੀ ਨੇ, ਉਹਨਾਂ ਕੋਲ ਲੱਖਾਂ ਫੌਜਾਂ ਵੀ ਨੇ, ਤੁਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ? ਤੁਹਾਡੇ ਕੋਲ ਤਾਂ ਮੁੱਠੀ ਭਰ ਸਿੰਘ ਨੇ ਨਾ, ਜਿੱਥੋਂ ਟ੍ਰੇਨਿੰਗ ਤੁਸੀਂ ਲਈ ਹੈ ਉੱਥੋਂ ਟ੍ਰੇਨਿੰਗ ਉਹਨਾਂ ਲਈ ਹੈ, ਕਿਵੇਂ ਮੁਕਾਬਲਾ ਕਰੋਗੇ? ਅੱਗੋ ਜਨਰਲ ਸੁਬੇਗ ਸਿੰਘ ਪਤਾ ਕੀ ਕਹਿੰਦੇ, ਕਹਿੰਦੇ ਪੱਤਰਕਾਰੋ, ਉਹ ਭਲਿਓ, ਬੇਸ਼ੱਕ ਜਿੱਥੋਂ ਟ੍ਰੇਨਿੰਗ ਮੈਂ ਲਈ ਉਹਨਾਂ ਵੀ ਉੱਥੋਂ ਟ੍ਰੇਨਿੰਗ ਲਈ ਹੋਈ ਹੈ, ਉਹਨਾਂ ਕੋਲ ਟੈਂਕ ਵੀ ਨੇ, ਉਹਨਾਂ ਕੋਲ ਹਥਿਆਰ ਵੀ ਜ਼ਿਆਦਾ ਨੇ, ਉਹਨਾਂ ਕੋਲ ਲੱਖਾਂ ਫੌਜਾਂ ਵੀ ਨੇ, ਪਰ ਜੋ ਮੇਰੇ ਕੋਲ ਹੈ ਉਹ ਉਹਨਾਂ ਦੇ ਕੋਲ ਨਹੀਂ ਹੈਗਾ। ਹੁਣ ਗੱਲ ਸੁਣਿਓ, ਇਹ ਆਖਿਆ ਜੋ ਮੇਰੇ ਕੋਲ ਹੈ ਉਹ ਉਹਨਾਂ ਦੇ ਕੋਲ ਨਹੀਂ ਹੈਗਾ। ਪੱਤਰਕਾਰ ਫਿਰ ਕਹਿੰਦੇ, ਕਹਿੰਦੇ ਸੁਬੇਗ ਸਿੰਘ ਜੀ ਤੁਹਾਡੇ ਕੋਲ ਕੀ ਹੈ ਜੋ ਉਹਨਾਂ ਕੋਲ ਨਹੀਂ ਹੈ, ਜੋ ਫੌਜਾਂ ਦੇ ਕੋਲ ਨਹੀਂ ਹੈ, ਸਮੇਂ ਦੀ ਸਰਕਾਰ ਕੋਲ ਜੋ ਨਹੀਂ, ਤੁਹਾਡੇ ਕੋਲ ਕਿਹੋ ਜਿਹਾ ਕੀ ਆ ਜੋ ਉਹਨਾਂ ਕੋਲ ਨਹੀਂ ਹੈਗਾ? ਕਹਿੰਦੇ ਉਹ ਭਲਿਓ, ਬੇਸ਼ੱਕ ਉਹਨਾਂ ਕੋਲ ਟੈਂਕ ਨੇ, ਉਹਨਾਂ ਕੋਲ ਫੌਜਾਂ ਨੇ, ਉਹਨਾਂ ਕੋਲ ਹਥਿਆਰ ਨੇ, ਪਰ ਜੋ ਮੇਰੇ ਕੋਲ ਹੈ ਉਹ ਉਹਨਾਂ ਦੇ ਕੋਲ ਨਹੀਂ ਹੈ। ਵੀ ਤੁਹਾਡੇ ਕੋਲ ਕੀ ਇਹੋ ਜਿਹਾ ਜੋ ਉਹਨਾਂ ਕੋਲ ਨਹੀਂ? ਕਹਿੰਦੇ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼, ਮੇਰੇ ਕਲਗੀਧਰ ਪ੍ਰੀਤਮ ਦੀ ਰਹਿਮਤ, ਮੇਰੇ ਬਾਜਾਂ ਵਾਲੇ ਪ੍ਰੀਤਮ ਦੀ ਬਖਸ਼ਿਸ਼, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੇ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ। ਜਿਨ੍ਹਾਂ ਦੇ ਕੋਲ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੋਵੇ ਉਹਨਾਂ ਨੂੰ ਫਿਰ ਘਾਟਾ ਕਰਦਾ ਉਹਨਾਂ ਨੂੰ। ਬੇਸ਼ੱਕ ਮੇਰੇ ਕੋਲ ਟੈਂਕ ਨਹੀਂ ਹੈਗੇ, ਵੱਡੇ ਹਥਿਆਰ ਨਹੀਂ ਹੈਗੇ, ਪਰ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਦੇ ਰੂਪ ਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ।